ਦੇ ਬਾਰੇ ਕੁਝ ਤੁਸੀਂ ਆਖਾਂ ਜਿਹੜੀ ਹੋਰ ਰਚਨਾਵਾਂ ਦੇ ਬਾਰੇ ਵੀ ਅਸੀਂ ਸੁਣਨਾ ਚਾਹੁੰਦੇ ਹਾਂ। ਬਹੁਤ ਮਿਹਰਬਾਨੀ। ਖੱਬੇ ਪੱਖੀ ਕਮਿਊਨਿਸਟ ਧਿਰਾਂ ਸੀ, ਉਹਨਾਂ ਨੇ ਇਸ ਨਾਵਲ ਦਾ ਬਹੁਤ ਵਿਰੋਧ ਕੀਤਾ। ਇੱਥੋਂ ਤੱਕ ਕਿ ਇੱਕ ਪੈਂਫਲੇਟ ਵੰਡਿਆ ਗਿਆ ਜਿਹਦਾ ਸੰਦੇਸ਼ ਸੀ ਇੰਡੀਆ ਤੋਂ ਉੱਠੋ ਸੂਰਮਾ ਜਾਂ ਇੰਡੀਆ ਤੋਂ ਉੱਠੋ ਸੂਰਮਾ। ਇੱਥੇ ਕਾਫੀ ਸਾਰੇ ਵਿਦਿਆਰਥੀ ਬੈਠੇ ਨੇ। ਮੈਂ ਇਹ ਰਾਜਨੀਤਿਕ ਨਾਵਲ ਹੈ, ਇਹਦੇ ਬਾਰੇ ਭਾਵੇਂ ਬਹੁਤ ਲੰਬੀ ਗੱਲ ਨਹੀਂ ਕਰਨੀ, ਪਰ ਮੈਂ ਥੋੜ੍ਹੀ ਜਿਹੀ ਇੱਕ ਭੂਮਿਕਾ ਜ਼ਰੂਰ ਬਦਲਣਾ ਚਾਹੂੰਗਾ ਕਿ ਰਾਜਨੀਤੀ ਜਿਹੜੀ ਹੈਗੀ ਆ, ਲੈਫਟਿਸਟ ਰਾਜਨੀਤੀ, ਖੱਬੇ ਪੱਖੀ ਰਾਜਨੀਤੀ ਸਾਡੇ ਕਿਵੇਂ ਆ ਗਈ ਅਤੇ ਇਹਦਾ ਕੀ ਪਿਛੋਕੜ ਹੈ, ਅਤੇ ਹੁਣ ਅਸੀਂ ਪੰਜਾਬ ਜਾਂ ਦੁਨੀਆ ਕਿਸ ਮੋੜ 'ਤੇ ਖੜੀ ਹੈ, ਸਾਨੂੰ ਕਿਹੜਾ ਪੈਂਤਰਾ ਅਪਣਾਉਣਾ ਚਾਹੀਦਾ, ਕਿਸ ਪਾਸੇ ਵਧਣਾ ਚਾਹੀਦਾ, ਕੀ ਸੋਚਣਾ ਚਾਹੀਦਾ, ਮੈਂ ਵੀ ਸੋਚ ਹੀ ਰਿਹਾ, ਪੜ੍ਹ ਹੀ ਰਿਹਾ ਉਸ ਤਰ੍ਹਾਂ ਦਾ। ਜੇ ਮੈਂ ਪਿੱਛੇ ਜਾ ਕੇ ਦੇਖਾਂ ਕਿ ਜਦੋਂ ਬੰਦਾ ਸ਼ਹਿਰਾਂ 'ਚ ਨਹੀਂ ਸੀ ਰਹਿੰਦਾ, ਪਿੰਡਾਂ 'ਚ ਨਹੀਂ ਸੀ ਰਹਿੰਦਾ, ਤਾਂ ਬੰਦਾ ਜੰਗਲ 'ਚ ਰਹਿੰਦਾ ਸੀ। ਦੁਨੀਆਂ ਦੇ ਵਿੱਚ ਜੇ ਆਪਾਂ ਮੰਨ ਲਈਏ ਵੀ 10 ਲੱਖ ਕਬੀਲੇ ਸੀ, ਹਰ ਕਬੀਲੇ ਦੇ ਵਿੱਚ 200-300-400 ਤੱਕ ਬੰਦਾ ਹੁੰਦਾ ਸੀ। ਅਤੇ ਮੈਂ ਜਿਵੇਂ ਗੱਲਾਂ ਕਰਨ ਲੱਗਿਆ ਤੁਹਾਡੇ ਤਾਂ ਇਵੇਂ ਕੁਛ ਪ੍ਰਭਾਵ ਨੇ, ਅੱਜ ਕੱਲ੍ਹ ਇੱਕ ਥਿੰਕਰ ਹੈ ਵਰਲਡ ਲੈਵਲ 'ਤੇ, ਕਾਫੀ ਚਰਚਿਤ ਹੈ, ਯੁਵਲ ਲੋਕ ਰਾਰੀ, ਇਹ ਜ਼ਿਆਦਾ ਜਾਣਦੇ ਹੋਏ ਸਵੇਰ ਹੋ ਰਹੀ, ਇਹਨਾਂ ਦੇ ਹਿਸਟਰੀ ਸਬਜੈਕਟ ਦਾ ਪ੍ਰੋਫੈਸਰ ਹੈ ਉਹ। ਉਹਦੀਆਂ 3 ਕਿਤਾਬਾਂ ਪਿਛਲੇ ਸਾਲਾਂ ਦੇ ਵਿੱਚ ਵਿਸ਼ਵ ਪੱਧਰ 'ਤੇ ਕਾਫੀ ਪੜ੍ਹੀਆਂ ਗਈਆਂ, ਸੇਪੀਅਨਸ, ਹੋਮੋਡਿਊਸ ਅਤੇ 21 ਲੈਸਨਸ ਆਫ 21st ਸੈਂਚਰੀ। ਤਾਂ ਜਿਹੜਾ ਪਹਿਲਾ ਬੰਦਾ ਸੀ ਜੰਗਲ ਦਾ ਬੰਦਾ, ਜਿਹਨੇ ਸੁਰਤ ਸੰਭਾਲ ਲਈ ਸੀ, ਜਿਹਨੇ ਭਾਸ਼ਾ ਬਣਾ ਲਈ ਸੀ, ਜਿਹਦੀ ਇੱਕ ਆਈਡੀਓਲੋਜੀ ਸੀ, ਉਹ ਆਈਡੀਓਲੋਜੀ ਕਿਸ ਤਰ੍ਹਾਂ ਦੀ ਸੀ, ਜੇ 10 ਲੱਖ ਕਬੀਲੇ ਸੀ, 10 ਲੱਖ ਕਬੀਲਿਆਂ ਦਾ ਆਪੋ ਆਪਣਾ ਧਰਮ ਸੀ, ਇਸੇ ਕਰਕੇ 36 ਕਰੋੜ ਦੇਵੀ ਦੇਵਤੇ ਬਾਅਦ ਵਾਲੇ। ਤਾਂ 10 ਲੱਖ ਕਬੀਲਿਆਂ ਦਾ 10 ਲੱਖ ਹੀ ਭਾਸ਼ਾਵਾਂ ਸੀ ਉਹਨਾਂ ਦੀ, ਅਤੇ ਉਹਨਾਂ ਦੇ ਹਰ ਕਬੀਲੇ ਦੇ ਆਪਣੇ ਵਿਚਾਰ ਸੀ। ਬਾਅਦ ਦੇ ਵਿੱਚ ਜਦੋਂ ਬੰਦਾ ਪਿੰਡ ਵਸਾਉਂਦਾ, ਖੇਤੀਬਾੜੀ ਜੋੜ ਦੀ ਸ਼ੁਰੂਆਤ ਕਰਦਾ, ਤਕਰੀਬਨ ਅੱਜ ਤੋਂ 15,000 ਸਾਲ ਪਹਿਲਾਂ ਖੇਤੀਬਾੜੀ ਜੋੜ ਦੀ ਜਦੋਂ ਸ਼ੁਰੂਆਤ ਕਰਦਾ ਹੈ, ਤਾਂ ਪਹਿਲੇ ਬੰਦਿਆਂ ਦਾ ਮਜ਼ਾਕ ਉਡਾਇਆ ਗਿਆ। ਮੇਰੀ ਆਵਾਜ਼ ਠੀਕ ਆ ਨਹੀਂ? ਪਹਿਲੇ ਲੋਕ ਜਿਹਨਾਂ ਨੇ ਪਿੰਡ ਬਣਾਏ, ਖੇਤੀਬਾੜੀ ਕਰਨ ਲੱਗੇ, ਉਹਨਾਂ ਦਾ ਮਜ਼ਾਕ ਉਡਾਇਆ ਗਿਆ ਕਿ ਤੁਸੀਂ ਆਪਣੇ ਬਜ਼ੁਰਗਾਂ ਦੀ ਪਰੰਪਰਾ ਨੂੰ ਕਿਉਂ ਛੱਡ ਰਹੇ ਹੋ। ਸਦੀਆਂ ਤੋਂ, ਲੱਖਾਂ ਸਾਲਾਂ ਤੋਂ ਬੰਦਾ ਜੰਗਲ 'ਚ ਤੁਰ ਫਿਰ ਕੇ ਰੋਟੀ ਰੋਟੀ ਕਮਾਉਂਦਾ ਆਇਆ, ਤੁਸੀਂ ਉਸ ਪਰੰਪਰਾ ਨੂੰ ਕਿਉਂ ਛੱਡ ਰਹੇ ਹੋ? ਉਹਨਾਂ ਦਾ ਵਿਰੋਧ ਕੀਤਾ ਗਿਆ। ਤਾਂ ਪਰ ਜਿਹੜੇ ਨਵੇਂ ਸੀ, ਨੌਜਵਾਨ ਸੀ, ਜਾਂ ਜਿਹੜੇ ਦੂਰ ਤੱਕ ਦੇਖ ਸਕਦੇ ਸੀ, ਜਿਹਨਾਂ ਨੂੰ ਲੱਗਦਾ ਸੀ ਕਿ ਅਸੀਂ ਤੁਰ ਫਿਰ ਕੇ ਜ਼ਿੰਦਗੀ ਔਖੀ ਗੁਜ਼ਾਰ ਰਹੇ ਹਾਂ, ਅਸੀਂ ਖੇਤੀਬਾੜੀ ਦੇ ਨਾਲ ਆਪਣੀ ਰੋਜ਼ੀ ਰੋਟੀ ਦਾ, ਆਪਣੀ ਖਾਸ ਕਰਕੇ ਜਿਹੜੀ ਭੁੱਖਮਰੀ ਹੈ ਉਹਦਾ ਹੱਲ ਕੱਢ ਸਕਦੇ ਹਾਂ। ਉਹਨਾਂ ਨੇ ਪਿੰਡ ਵਸਾਏ, ਖੇਤੀਬਾੜੀ ਜੋੜ ਦੀ ਸ਼ੁਰੂਆਤ ਕੀਤੀ, ਪਹਿਲੀ ਵਾਰ ਕਬੀਲਾ ਟੁੱਟਿਆ, ਪਰਿਵਾਰ ਬਣਿਆ। ਜਦੋਂ ਪਰਿਵਾਰ ਬਣਿਆ, ਪਰਿਵਾਰ ਬਣਨ ਦੇ ਨਾਲ ਕਈ ਚੀਜ਼ਾਂ ਨਵੀਆਂ ਆਈਆਂ। ਬਾਪ ਦਾ ਰਿਸ਼ਤਾ ਪਹਿਲੀ ਵਾਰ ਆਇਆ, ਕਬੀਲੇ ਦੇ ਵਿੱਚ ਬਾਪ ਦਾ ਰਿਸ਼ਤਾ ਨਹੀਂ ਸੀ। ਪਤੀ ਪਤੀ ਦਾ ਰਿਸ਼ਤਾ ਪਹਿਲੀ ਵਾਰ ਬਣਿਆ, ਕਬੀਲੇ ਦੇ ਵਿੱਚ ਪਤੀ ਪਤੀ ਦਾ ਰਿਸ਼ਤਾ ਨਹੀਂ ਸੀ। ਖੇਤੀਬਾੜੀ ਦੇ ਨਾਲ ਨਾਲ ਜਿਵੇਂ ਹੁਣ ਕੰਪਿਊਟਰ ਸ਼ੁਰੂ ਹੋਇਆ, ਕੰਪਿਊਟਰ ਦੇ ਨਾਲ ਬਹੁਤ ਚੀਜ਼ਾਂ ਨਵੀਆਂ ਆ ਗਈਆਂ। ਜਹਾਜ਼ ਦੇ ਵਿੱਚ ਜਹਾਜ਼ ਵੀ ਕੰਪਿਊਟਰਾਈਜ਼ ਬਣ ਗਏ, ਸਾਡੀਆਂ ਘਰਾਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕੰਪਿਊਟਰਾਈਜ਼ ਹੈਗੀਆਂ ਨੇ, ਕਾਰਾਂ ਕੰਪਿਊਟਰਾਈਜ਼ ਹੋ ਰਹੀਆਂ ਨੇ, ਬਿਨਾਂ ਡਰਾਈਵਰ ਤੋਂ ਕਾਰਾਂ ਸ਼ੁਰੂ ਹੋਣ ਜਾ ਰਹੀਆਂ ਨੇ, ਡਰਾਈਵਰਲੈਸ ਕਾਰਾਂ ਸ਼ੁਰੂ ਹੋਣ ਲੱਗੀਆਂ ਨੇ। ਐਵੇਂ ਉਦੋਂ ਜਦੋਂ ਖੇਤੀਬਾੜੀ ਆਈ, ਖੇਤੀਬਾੜੀ ਜੋ ਆਉਣ ਦੇ ਨਾਲ ਬਹੁਤ ਸਾਰੀਆਂ ਹੋਰ ਚੀਜ਼ਾਂ ਨਵੀਆਂ ਆ ਗਈਆਂ। ਬਾਪ ਦਾ ਰਿਸ਼ਤਾ ਆ ਗਿਆ, ਪਰਿਵਾਰ ਆ ਗਿਆ, ਵਿਆਹ ਆ ਗਿਆ, ਕਬੀਲਾ ਟੁੱਟ ਗਿਆ। ਕਬੀਲਾ ਟੁੱਟ ਗਿਆ ਤਾਂ ਪਿੰਡ ਦੇ ਬੰਦੇ ਦੀ ਇੱਕ ਆਪਣੀ ਵਿਚਾਰਧਾਰਾ ਹੋਂਦ ਗ੍ਰਹਿਣ ਕਰਦੀ ਹੈ, ਜਗੀਰੂ ਸਮਾਜ, ਰਾਜਿਆਂ ਦਾ ਸਮਾਜ ਬਣਦਾ ਹੈ, ਅਤੇ ਖੇਤੀਬਾੜੀ ਯੁੱਗ ਜਿਹੜਾ ਹੈਗਾ ਜਿਹਦੇ ਵਿੱਚ ਖੇਤੀ ਦੀ ਸਭ ਤੋਂ ਵੱਧ ਮੁੱਖਤ ਹੈ, ਜ਼ਮੀਨ ਦੀ ਮਾਲਕੀ, ਜ਼ਮੀਨ ਦੀ ਪ੍ਰੋਡਕਸ਼ਨ ਉਹਦੀ ਸਭ ਤੋਂ ਵੱਧ ਮੁੱਖਤ ਹੈ, ਅਤੇ ਸਾਰੀ ਜਿਹੜੀ ਪਾਵਰ ਹੈ ਉਹਦੇ 'ਤੇ, ਪਾਵਰ ਪੋਲੀਟਿਕਸ ਹੈ ਉਹਦੇ 'ਤੇ ਕੇਂਦਰਿਤ ਰਹਿੰਦੀ ਹੈ। ਇਹ ਯੁੱਗ ਜਦੋਂ ਤਕਰੀਬਨ 15,000 ਸਾਲ ਚੱਲਦਾ ਹੈ, ਅੱਜ ਤੋਂ 150-200 ਸਾਲ ਪਹਿਲਾਂ ਜਦੋਂ ਇੰਡਸਟਰੀਅਲ ਯੁੱਗ ਸ਼ੁਰੂ ਹੁੰਦਾ, ਜਦੋਂ ਮਾਨਚੈਸਟਰ ਜਾਂ ਬਰਮਿੰਗਮ ਦੇ ਵਿੱਚ ਫੈਕਟਰੀਆਂ ਲੱਗਣੀ ਸ਼ੁਰੂ ਹੁੰਦੀਆਂ ਨੇ, ਤਾਂ ਉਹਦੇ ਨਾਲ ਇੱਕ ਇੰਡਸਟਰੀਅਲ ਯੁੱਗ ਦੀ ਸ਼ੁਰੂਆਤ ਹੁੰਦੀ ਹੈ। ਜਦੋਂ ਨਵਾਂ ਯੁੱਗ ਸ਼ੁਰੂ ਹੁੰਦਾ ਤਾਂ ਪੁਰਾਣਾ ਯੁੱਗ ਭਾਵੇਂ ਖਤਮ ਨਾ ਵੀ ਹੋਵੇ, ਪਰ ਉਹਦੀ ਬੁੱਕਤ ਨਹੀਂ ਰਹਿੰਦੀ ਹੈਗੀ। ਖੇਤੀਬਾੜੀ ਖਤਮ ਨਹੀਂ ਸੀ ਹੋਈ, ਖੇਤੀਬਾੜੀ ਹੋਰ ਵੀ ਹੈਗੀ ਆ, ਖੇਤੀਬਾੜੀ ਦੀ ਬੁੱਕਤ ਖਤਮ ਹੋ ਗਈ।
ਜਗੀਰਦਾਰੀ ਸਿਸਟਮ ਖਤਮ ਹੋ ਗਿਆ ਤੇ ਹਾਲਾਂਕਿ ਕਬੀਲਾ ਯੁੱਗ ਬਹੁਤ ਪਹਿਲਾਂ ਖਤਮ ਹੋ ਗਿਆ ਸੀ ਪਰ ਅਜੇ ਵੀ ਕਬੀਲਾ ਯੁੱਗ ਚੱਲ ਰਹੇ ਆ, ਕਾਫੀ ਲੋਕ ਅਜੇ ਵੀ ਕਬੀਲਿਆਂ 'ਚ ਰਹਿੰਦੇ ਨੇ। ਵੈਲਡੇਪਨ ਇੱਕ ਵਾਰ ਦੇਖ ਕੇ ਆਇਆ ਜਗੜਾ ਦੇ ਵਿੱਚ ਕਬੀਲਿਆਂ 'ਚ ਕਿਵੇਂ ਲੋਕ ਰਹਿੰਦੇ ਨੇ, ਅਜੇ ਵੀ ਉਹ ਚੱਲ ਰਹੇ ਆ। ਪਰ ਸ਼ੁਰੂਆਤ ਹੋ ਗਈ ਇੰਡਸਟਰੀਅਲ ਯੁੱਗ ਦੀ। ਇੰਡਸਟਰੀਅਲ ਯੁੱਗ ਦੀ ਆਪਣੀ ਪੋਲੀਟਿਕਸ ਸੀ। ਉਹ ਪੋਲੀਟਿਕਸ ਕਿਹੜੀ ਸੀ? ਉਹਦੇ ਵਿੱਚ ਦੋ ਵਿਚਾਰਧਾਰਾਵਾਂ ਪੈਦਾ ਹੁੰਦੀਆਂ ਨੇ। ਇੱਕ ਵਿਚਾਰਧਾਰਾ ਜਿਹੜੀ ਕਮਿਊਨਿਸਟ ਵਿਚਾਰਧਾਰਾ, ਜਿਹੜੀ ਇਸ ਨਾਵਲ ਐਨਆਰ ਚੋਂਕਰ ਸੂਰਮਾ ਦੇ ਵਿੱਚ ਵੱਡੇ ਵੱਡੇ ਪੱਧਰ 'ਤੇ ਵਿਚਾਰੀ ਗਈ ਹੈ। ਦੂਜੀ ਵਿਚਾਰਧਾਰਾ ਲੋਕਤੰਤਰ ਹੈ, ਲਿਬਰਲਿਜ਼ਮ ਵੀ ਕਹਿੰਦੇ ਨੇ, ਲੋਕਤੰਤਰ ਵੀ ਕਹਿੰਦੇ ਨੇ। ਅਤੇ ਲੋਕਤੰਤਰ ਦੀ ਲੜਾਈ ਹੈ ਜਿਹੜੀ, ਇੱਕ ਪਾਸੇ ਕਮਿਊਨਿਸਟ ਵਿਚਾਰਧਾਰਾ ਨਾਲ ਸ਼ੁਰੂ ਹੁੰਦੀ ਆ, ਦੂਜੇ ਪਾਸੇ ਇਹਦੀ ਲੜਾਈ ਜਿਹੜੀ ਹੈਗੀ ਆ ਉਹ ਫਾਸ਼ੀਵਾਦ ਨਾਲ ਸ਼ੁਰੂ ਹੁੰਦੀ ਹੈ ਜਰਮਨੀ ਦੇ ਵਿੱਚ ਅਤੇ ਇਟਲੀ ਦੇ ਵਿੱਚ, ਜਿਹਦੇ ਵਿੱਚੋਂ ਫਿਰ ਸੈਕਿੰਡ ਵਰਲਡ ਵਾਰ ਪੈਦਾ ਹੁੰਦੀ ਹੈ। ਸੈਕਿੰਡ ਵਰਲਡ ਵਾਰ ਦੇ ਵਿੱਚ ਜਿਹੜਾ ਲੋਕਤੰਤਰ ਹੈ ਉਹ ਫਾਸ਼ੀਵਾਦ ਨੂੰ ਤਾਂ ਹਰਾ ਦਿੰਦਾ ਹੈ, ਪਰ ਉਹਦੀ ਲੜਾਈ ਕਮਿਊਨਿਸਟ ਵਿਚਾਰਧਾਰਾ ਨਾਲ ਜਾਰੀ ਰਹਿੰਦੀ ਹੈ। ਇਹ ਲੜਾਈ 1945 ਤੋਂ ਲੈ ਕੇ 1999 ਤੱਕ ਬਹੁਤ ਫਸਵੇਂ ਰੂਪ ਚੱਲਦੀ ਹੈ। 1999 ਦੇ ਵਿੱਚ ਆ ਕੇ ਜਦੋਂ ਰੂਸ ਸੋਵੀਅਤ ਯੂਨੀਅਨ ਟੁੱਟ ਜਾਂਦਾ ਹੈ, ਜਦੋਂ ਤਕਰੀਬਨ 12-13-15 ਕੰਟਰੀ ਜਿਨ੍ਹਾਂ 'ਚ ਕਮਿਊਨਿਸਟ ਰਾਜ ਚੱਲ ਰਿਹਾ ਸੀ ਜਦੋਂ ਖਤਮ ਹੋ ਜਾਂਦੇ ਨੇ, ਟੁੱਟ ਜਾਂਦੇ ਨੇ, ਇੱਕ ਵੀ ਕੰਟਰੀ ਆਪਣੇ ਆਪ ਨੂੰ ਕਾਮਯਾਬ ਕੰਟਰੀ ਵਿੱਚ ਸਥਾਪਿਤ ਨਹੀਂ ਕਰ ਪਾਉਂਦਾ ਹੈਗਾ, ਤਾਂ ਕਮਿਊਨਿਸਟ ਵਿਚਾਰਧਾਰਾ ਖਤਮ ਹੋ ਜਾਂਦੀ ਹੈ, ਮੇਨ ਸਟ੍ਰੀਮ ਦੇ ਵਿੱਚ ਨਹੀਂ ਰਹਿੰਦੀ ਹੈਗੀ। ਮੇਰੇ ਵਰਗੇ ਜਿਹੜੇ ਉਦੋਂ ਪੜ੍ਹ ਰਹੇ ਸੀ, ਮੇਰਾ ਆਪਣਾ ਪਿੰਡ ਨਸਰਾਲੀ ਟੁੱਟੀਏ, ਜਿੰਨਾ ਤਾਂ ਨਹੀਂ ਇਤਿਹਾਸਕ ਹੈਗਾ, ਟੁੱਟੀਏ ਮੇਰੇ ਲਈ ਬੜੀ ਇਤਿਹਾਸਕ ਜਗ੍ਹਾ। ਮੈਂ ਸਵੇਲ ਦਾ ਹਮੇਸ਼ਾ ਧੰਨਵਾਦੀ ਰਹੂੰਗਾ ਕਿ ਮੈਨੂੰ ਇਹਨਾਂ ਨੇ ਦਿੱਲੀ ਤੋਂ ਬੁਲਾਇਆ ਅਤੇ ਮੈਂ ਇਸ ਪਿੰਡ ਅਤੇ ਜਸਵੰਤ ਸਿੰਘ ਕੰਵਲ ਜੀ ਦੇ ਦੀਦਾਰ ਕਰ ਸਕਿਆ, ਉਸ ਕਾਲਜ ਦੇ ਵਿੱਚ ਬੈਠ ਸਕਿਆ ਜਿਸ ਕਾਲਜ ਬਾਰੇ ਅਸੀਂ ਇੰਨਾ ਪੜ੍ਹਦੇ ਸੁਣਦੇ ਆਏ ਹਾਂ। ਮੇਰਾ ਪਿੰਡ 20 ਤੋਂ ਥੋੜ੍ਹਾ ਘੱਟ ਹੋਏਗਾ, ਪਰ ਸਾਡੇ ਪਿੰਡ ਪਲਸਮੰਚ ਦੀ ਸਥਾਪਨਾ ਹੋਈ ਸੀ ਅਤੇ ਮੈਂ ਪਿੰਡ ਦੇ ਵਿੱਚ ਆਪਣੀ ਬਾਪੂ ਦੀ ਗੋਦੀ 'ਚ ਬਹਿ ਕੇ ਕਮਿਊਨਿਸਟਾਂ ਦੇ ਨਾਟਕ ਦੇਖਦੇ ਹਾਂ, ਕਿਤਾਬਾਂ ਪੜ੍ਹਨੀਆਂ ਸਿੱਖੀਆਂ ਅਤੇ ਬੰਦੇ ਦੀ ਚਿੰਤਾ ਕਰਨੀ ਸਿੱਖੀ, ਸਾਨੂੰ ਦੂਜਿਆਂ ਦੀ ਚਿੰਤਾ ਕਰਨੀ ਚਾਹੀਦੀ ਆ। ਪਰ ਮੈਂ ਮਾਫ਼ੀ ਚਾਹੂੰਗਾ ਕਿ 89 'ਚ ਜਦੋਂ ਮੈਂ ਕਾਲਜ ਪੜ੍ਹ ਰਿਹਾ ਸੀ, ਜਦੋਂ ਇਹ ਦੇਸ਼ ਟੁੱਟੇ ਤਾਂ ਮੈਂ ਇਹ ਪੜ੍ਹਨਾ ਸ਼ੁਰੂ ਕਰਤਾ ਕਿ ਇਹ ਦੇਸ਼ ਕਿਉਂ ਟੁੱਟੇ। ਐਨਆਰ ਚੋਂਕਰ ਸੂਰਮਾ ਨਾਵਲ ਹੈ ਜਿਹੜਾ, ਪੰਜਾਬ ਦੀ ਜਿਹੜੀ ਖੱਬੇ ਪੱਖੀ ਲਹਿਰ ਹੈ ਉਹਦੀਆਂ ਕਮਜ਼ੋਰੀਆਂ ਨੂੰ ਸਾਹਮਣੇ ਲੈ ਕੇ ਆਉਂਦਾ, ਉਹ ਕਿਉਂ ਖਤਮ ਹੋਈ ਉਹਨੂੰ ਸਾਹਮਣੇ ਲੈ ਕੇ ਆਉਂਦਾ। ਪੰਜਾਬੀ ਦੇ ਵਿੱਚ ਇੱਕ ਨਾਵਲ ਇਹ ਆਇਆ, ਐਨਆਰ ਚੋਂਕਰ ਸੂਰਮਾ ਛਪਿਆ, ਉਸ ਤੋਂ ਬਾਅਦ ਕਰਮਜੀਤ ਗੁੱਸਾ ਦਾ ਜ਼ਖਮੀ ਦਰਿਆ, ਜ਼ਖਮੀ ਦਰਿਆ। ਰਸ਼ੀਆ ਦੇ ਵਿੱਚ ਜਦੋਂ ਕਮਿਊਨਿਸਟ ਰਾਜ ਚੱਲ ਰਿਹਾ ਸੀ, ਆਪਣੀ ਚੜ੍ਹਤ ਦੇ ਵਿੱਚ ਸੀ, ਤਾਂ ਉਦੋਂ ਚੰਗੇਜ਼ ਅਹਿਤਮਾਤੋਵ ਨੇ ਛੋਟਾ ਜਿਹਾ ਨਾਵਲ ਲਿਖਿਆ, ਪੰਜਾਬੀ ਦੇ ਵਿੱਚੋਂ ਮਿਲ ਜਾਂਦਾ, ਅਲਵਿਦਾ ਗੁਲਸਾਰੀ। ਉਹਦੇ ਵਿੱਚ ਉਹਨੇ ਕਮਿਊਨਿਸਟ ਸਿਸਟਮ ਦੀ ਆਲੋਚਨਾ ਕੀਤੀ, ਉਹਨੇ ਦੱਸਿਆ ਵੀ ਕਿਵੇਂ ਇਮਾਨਦਾਰ ਕਮਿਊਨਿਸਟ ਥੱਲੇ ਆ ਚੁੱਕੇ ਨੇ ਅਤੇ ਬੇਈਮਾਨ ਲੋਕ ਜਿਹੜੇ ਕਮਿਊਨਿਸਟਾਂ ਦਾ ਜਿਹਨਾਂ ਨੇ ਪਹਿਨਿਆ ਹੋਇਆ ਦਿਖਾਵਾ ਉਹ ਸਾਹਮਣੇ ਆ ਚੁੱਕੇ ਨੇ, ਅਤੇ ਉਹਦੇ ਵਿੱਚ ਕੀ ਹੈ ਵੀ ਜਿਹੜਾ ਇਮਾਨਦਾਰ ਬੰਦਾ ਕਿਵੇਂ ਪਿਸ ਰਿਹਾ। ਛੋਟਾ ਜਿਹਾ ਨਾਵਲ ਹੈ, ਮੈਂ ਚਾਹੂੰਗਾ ਤੁਸੀਂ ਪੜ੍ਹ ਕੇ ਦੇਖੋ ਵੀ ਬੰਦਾ ਕਮਿਊਨਿਸਟ ਸਿਸਟਮ ਦੇ ਵਿੱਚ ਵੀ ਕਿਵੇਂ ਪਿਸਦਾ ਹੈ। ਇੰਨਾ ਪੂੰਜੀਵਾਦੀ ਸਿਸਟਮ ਦੇ ਵਿੱਚ ਬੰਦਾ ਨਹੀਂ ਪਿਸਿਆ। ਪੂੰਜੀਵਾਦ ਨੇ ਇੱਕ ਗੱਲ ਕੀਤੀ ਕਿ ਜੋ ਕਮਿਊਨਿਸਟਾਂ ਕੋਲ ਚੰਗੀਆਂ ਚੀਜ਼ਾਂ ਸੀ ਉਹ ਜੋ ਚੱਕ ਚੱਕ ਕੇ ਲੈ ਲਈ। ਕਮਿਊਨਿਸਟਾਂ ਕੋਲ ਕੀ ਚੰਗਾ ਸੀ ਕਿ ਰੋਜੀ ਰੋਟੀ, ਰੋਟੀ ਕੱਪੜਾ ਔਰ ਮਕਾਨ ਦੀ ਜਿਹੜੀ ਚਿੰਤਾ ਸੀ ਉਹ ਕਮਿਊਨਿਸਟਾਂ ਨੇ ਖਤਮ ਕਰਨ ਦੀ ਗੱਲ ਕੀਤੀ ਸੀ। ਅਮੈਰੀਕਾ ਦੀ ਗੱਲ ਨਹੀਂ ਕਰਦਾ, ਅਮੈਰੀਕਾ ਦਾ ਕੈਪੀਟਲਿਜ਼ਮ ਬੜਾ ਜ਼ਾਲਮ ਕਿਸਮ ਦਾ ਕੈਪੀਟਲਿਜ਼ਮ ਹੈ, ਪਰ ਮੈਂ ਗੱਲ ਕਰਾਂਗਾ ਕੈਨੇਡਾ ਦੀ, ਇੰਗਲੈਂਡ ਦੀ, ਫਰਾਂਸ ਦੀ, ਫਿਨਲੈਂਡ ਦੀ, ਸਵਿਟਜ਼ਰਲੈਂਡ ਦੀ ਅਤੇ ਹਾਲੈਂਡ ਦੀ, ਜਿਹਨਾਂ ਨੂੰ ਅਸੀਂ ਪੱਛਮੀ ਯੂਰਪ ਦੇ ਦੇਸ਼ ਕਹਿੰਦੇ ਹਾਂ, ਜਿਹਨਾਂ ਦੇ ਵਿੱਚ ਡੈਮੋਕ੍ਰੇਟਿਕ ਸੋਸ਼ਲਿਜ਼ਮ ਸਿਸਟਮ ਚੱਲ ਰਹੇ ਆ। ਹੈ ਸੋਸ਼ਲਿਜ਼ਮ ਪਰ ਉਹ ਡੈਮੋਕ੍ਰੇਟਿਕ ਫੇਜ਼ ਵਿੱਚ ਚੱਲਦਾ, ਜਿੱਥੇ ਕੋਈ ਆਵਾਜ਼ ਦਵਾਈ ਨਹੀਂ ਜਾਂਦੀ ਹੈਗੀ। ਤਾਂ ਉਹਨਾਂ ਨੇ ਆਪਣੇ ਆਪ ਨੂੰ ਬਚਾ ਲਿਆ, ਕਮਿਊਨਿਸਟ ਨਹੀਂ ਬਚਾ ਪਾਏ ਕਿਉਂਕਿ ਵਿਰੋਧ ਨਹੀਂ ਹੈਗਾ, ਕੋਈ ਉਲਟ ਬੋਲ ਹੀ ਨਹੀਂ ਸਕਦਾ। ਜਿੱਥੇ ਵੀ ਕਮਿਊਨਿਸਟਾਂ ਦਾ ਰਾਜ ਸੀ, ਡਿਕਟੇਟਰਸ਼ਿਪ ਸੀ, ਕੋਈ ਵਿਰੋਧ ਨਹੀਂ ਹੈਗਾ। ਜਿੱਥੇ ਵਿਰੋਧ ਨਹੀਂ ਹੁੰਦਾ ਉੱਥੇ ਵਿਕਾਸ ਨਹੀਂ ਹੋ ਸਕਦਾ, ਉੱਥੇ ਖੜੋਤ ਆ ਜਾਂਦੀ ਹੈ। ਹਾਂ, ਤਾਂ ਕਮਿਊਨਿਸਟਾਂ ਨੇ, ਪੰਜਾਬ ਦੇ ਕਮਿਊਨਿਸਟਾਂ ਨੇ ਵੀ ਐਨਆਰ ਚੋਂਕਰ ਸੂਰਮਾ ਨਾਵਲ ਨੂੰ ਉੰਨੀ ਗੰਭੀਰਤਾ ਨਾਲ ਨਹੀਂ ਲਿਆ, ਬਲਕਿ ਹਾਲਤ ਇਹ ਹੋ ਗਈ ਕਿ ਕਮਿਊਨਿਸਟਾਂ ਦੀ ਕਿਉਂਕਿ ਇੱਕ ਹੈਜਮਨੀ ਹੈ, ਚੌਧਰ ਹੈ ਪੰਜਾਬੀ ਸਾਹਿਤ ਦੇ ਵਿੱਚ ਜ਼ਿਆਦਾ। ਉਸ ਤੋਂ ਬਾਅਦ ਕੰਬਲ ਨੂੰ ਇੱਕ ਤਰ੍ਹਾਂ ਦੇ ਨਾਲ ਮਾਰ ਦਿੱਤਾ ਗਿਆ, ਕੰਬਲ ਸਾਹਿਤਕ ਤੌਰ 'ਤੇ ਮਾਰ ਦਿੱਤਾ ਗਿਆ, ਉਹਨੂੰ ਵਿਚਾਰਿਆ ਜਾਣਾ ਬੰਦ ਹੋ ਗਿਆ, ਉਹਨੂੰ ਬਹੁਤ ਥਾਵਾਂ 'ਤੇ ਬੁਲਾਇਆ ਜਾਣਾ ਬੰਦ ਹੋ ਗਿਆ, ਉਹਨੂੰ ਬਹੁਤ ਲੋਕਾਂ ਨੇ ਪੜ੍ਹਨਾ ਵੀ ਬੰਦ ਕਰਤਾ। ਫਿਰ ਹੋਇਆ ਕਿ ਕੰਬਲ ਸਾਹਿਬ ਉਸ ਪਾਸਿਓਂ ਟੁੱਟ ਗਏ, ਦੂਜੇ ਪਾਸੇ ਝੁਕਦੇ ਚਲੇ ਗਏ, ਜਿਹਦੇ ਵਿੱਚੋਂ ਫਿਰ ਬਾਅਦ 'ਚ ਭਈਆਂ ਦੇ ਵਿਰੋਧੀ ਗੱਲ ਵੀ ਹੁੰਦੀ ਹੈ, ਹੋਰ ਵੀ ਕਈ ਇੱਦਾਂ ਦੀਆਂ ਉਹਨਾਂ ਦੀਆਂ ਗਲਿਫਤਾਂ ਸਾਹਮਣੇ ਆਉਂਦੀਆਂ ਨੇ। ਮੈਂ ਕਦੇ ਵੀ ਭਈਆਂ ਦਾ ਵਿਰੋਧ ਨਹੀਂ ਕਰਦਾ, ਮੈਂ ਹਮੇਸ਼ਾ ਕਹਿੰਦਾ ਕਿ ਇਹ ਸਾਡੇ ਭਾਈ ਨੇ,
ਸਾਡੇ ਦੇਸ਼ ਦੇ ਨੇ, ਜੇ ਅਸੀਂ ਸਪੇਸ ਖਾਲੀ ਕਰਾਂਗੇ ਤਾਂ ਇਹ ਆਉਣਗੀਆਂ ਹੋਣਗੀਆਂ, ਅਸੀਂ ਵੀ ਕਿਤੇ ਜਾ ਰਹੇ ਹਾਂ। ਅੱਛਾ ਤਾਂ ਇਸੇ ਤਰ੍ਹਾਂ ਜੋ ਜਸਵੰਤ ਸਿੰਘ ਕਮਲ ਦੇ ਨਾਲ ਪੰਜਾਬੀ ਦੇ ਵਿੱਚ ਹੋਇਆ, ਰਸ਼ੀਅਨ ਜ਼ਬਾਨ ਦੇ ਵਿੱਚ ਸ਼ੋਲੋਖੋਫ, ਮਿਖਾਇਲ ਸ਼ੋਲੋਖੋਫ ਨੋਬਲ ਪ੍ਰਾਈਜ਼ ਵਿਨਰ ਨੋਵਲਿਸਟ ਹੈ, ਉਹਦੇ ਇੱਕ ਨੋਵਲ ਪੰਜਾਬੀ 'ਚ, ਦੋ ਨੋਵਲ ਦੇ ਪੰਜਾਬੀ 'ਚ ਅਨੁਵਾਦ ਮਿਲ ਜਾਂਦੇ ਨੇ, ਡਾਂਸ ਬਹਿੰਦਾ ਰਿਹਾ, ਪੁਆਇੰਟ ਫਲੋਜ਼ ਦਾ ਡਾਊਨ। ਉਹਦਾ ਵੀ ਜਦੋਂ ਆਪਣੇ ਦੇਸ਼ ਦੇ ਵਿੱਚ ਕਮਿਊਨਿਸਟ ਸਰਕਾਰ ਨਾਲ ਵਿਰੋਧ ਸ਼ੁਰੂ ਹੁੰਦਾ, ਉਹਦੀਆਂ ਜਿਹੜੀਆਂ ਬਾਹਰ ਦੀਆਂ ਕਹਾਣੀਆਂ ਨੇ ਜਿਹਦੇ ਵਿੱਚ ਉਹਨੇ ਕਮਿਊਨਿਸਟਾਂ ਦੀਆਂ ਕਮਜ਼ੋਰੀਆਂ ਸਾਹਮਣੇ ਲਿਆਉਣੀਆਂ ਸ਼ੁਰੂ ਕੀਤੀਆਂ, ਕੁਛ ਕਮਜ਼ੋਰੀਆਂ ਤਾਂ ਉਹਨੇ ਨਾਵਲ ਜਿਹੜਾ ਹੈਗਾ ਡਾਂਸ ਬਹਿੰਦਾ ਰਿਹਾ ਉਹਦੇ ਵਿੱਚ ਵੀ ਲਿਖੀਆਂ ਸੀ, ਪਰ ਉਦੋਂ ਕਿਉਂਕਿ ਉਹ ਖੁਦ ਲਾਲ ਫੌਜ ਵੱਲੋਂ ਲੜਿਆ ਸੀ, ਇਸ ਲਈ ਕਮਿਊਨਿਸਟਾਂ ਨੇ ਉਹਦਾ ਗੁੱਸਾ ਨਹੀਂ ਕੀਤਾ। ਮੈਂ ਨਾਵਲ ਜਦੋਂ ਪਹਿਲੀ ਵਾਰ ਪੜ੍ਹਿਆ ਤਾਂ ਮੈਂ ਉਦੋਂ ਕਮਿਊਨਿਸਟ ਹਮਦਰਦ ਸੀ, ਮੇਰੇ ਮਨ 'ਚ ਹਮਦਰਦੀ ਹੁੰਦੀ ਸੀ ਕਮਿਊਨਿਸਟਾਂ ਪ੍ਰਤੀ। ਮੈਂ ਨਾਵਲ ਪੜ੍ਹਿਆ, ਉਹ ਨਾਵਲ ਦੇ ਵਿੱਚ ਇੱਕ ਸੀਨ ਆਉਂਦਾ ਜਦੋਂ ਚਿੱਟੀ ਫੌਜ ਲਾਲ ਫੌਜ ਦੇ ਕੁਛ ਟੁਕੜੀਆਂ ਨੂੰ ਘੇਰ ਲੈਂਦੀ ਹੈ, ਘੇਰ ਕੇ ਉਹਨਾਂ ਨੂੰ ਫਿਰ ਆਪਣੇ ਕੰਟਰੋਲ 'ਚ ਕਰਦੀ ਹੈ, ਹਥਿਆਰ ਖੋਲ੍ਹਦੀ ਹੈ, ਅਤੇ ਫਿਰ ਉਹਨਾਂ ਨੂੰ ਕਹਿੰਦੀ ਹੈ ਵੀ ਆਪਣੀ ਕਵਰ ਪੁੱਟੋ, ਕਵਰ ਪੁੱਟਣ ਤੋਂ ਬਾਅਦ ਜਾਂ ਗੋਲੀ ਮਾਰਨ ਲੱਗਦੇ ਨੇ ਚਿੱਟੀ ਫੌਜ ਦੇ ਕਮਾਂਡਰ, ਤਾਂ ਉੱਥੇ ਲਾਲ ਫੌਜ ਵਾਲੇ ਕਮਾਂਡਰ ਨੇ ਜਿਹੜੇ ਇੱਕ ਛੋਟੇ ਜਿਹੇ ਲੈਕਚਰ ਦਿੰਦੇ ਨੇ ਵੀ ਤੁਸੀਂ ਕਮਿਊਨਿਸਟਾਂ ਦਾ ਰਾਜ ਇੱਥੇ ਆ ਜਾਣਾ, ਤੁਸੀਂ ਕਦੇ ਪਛਤਾਓਗੇ ਕਿ ਇਸ ਧਰਤੀ ਦੇ ਸਭ ਤੋਂ ਵਧੀਆ ਪੁੱਤ ਇੱਥੇ ਜਦੋਂ ਦੱਬੇ ਪਏ ਨੇ, ਫਿਰ ਫੜ ਜਾਂਦੇ ਨੇ ਸਾਡੇ ਗੋਲੀ ਮਾਰੀ। ਮੈਂ ਜਦੋਂ ਪਹਿਲੀ ਵਾਰ ਪੜ੍ਹਿਆ ਤਾਂ ਮੈਂ ਰੋਣ ਲੱਗ ਗਿਆ ਸੀ, ਸੀਨ ਪੜ੍ਹ ਕੇ ਯਾਰ ਇੰਨੇ ਕਮਿਊਨਿਸਟ ਮਾਰਤੇ। ਪਰ ਜਦੋਂ ਮੈਂ ਦੂਜੀ ਤੀਜੀ ਵਾਰ ਪੜ੍ਹਿਆ ਨਾਵਲ ਤਾਂ ਉਦੋਂ ਤੱਕ ਮੇਰੀ ਵਿਚਾਰਧਾਰਾ ਕੁਛ ਆਜ਼ਾਦ ਹੋ ਚੁੱਕੀ ਸੀ, ਅਤੇ ਫਿਰ ਮੈਂ ਦੇਖਿਆ ਕਿ ਕਮਿਊਨਿਸਟਾਂ ਨੇ ਵੀ ਕਿੰਨਿਆਂ ਨੂੰ ਮਾਰਿਆ, ਫਿਰ ਮੇਰਾ ਰੋਣਾ ਨਹੀਂ ਆਇਆ ਉਸ ਸੀਨ 'ਤੇ ਆ ਕੇ। ਮੈਂ ਕਿਹਾ ਤੁਸੀਂ ਵੀ ਪਹਿਲਾਂ ਮਾਰ ਚੁੱਕੇ ਹੋ, ਤੁਸੀਂ ਇਹ ਕਿਉਂ ਸਮਝ ਲਓ ਕਿ ਕਮਿਊਨਿਸਟ ਹੀ ਬੰਦੇ ਹੁੰਦੇ ਨੇ, ਦੂਜੇ ਲੋਕ ਬੰਦੇ ਨਹੀਂ ਹੁੰਦੇ ਜਿਹੜੇ ਕਮਿਊਨਿਸਟ ਨਹੀਂ ਹੁੰਦੇ ਹੈਗੇ। ਸੋ ਅਸੀਂ ਕਿਤੇ ਨਾ ਕਿਤੇ ਚਾਹੇ ਧਰਮ ਦੀ ਵਿਚਾਰਧਾਰਾ ਚਾਹੇ ਰਾਜਨੀਤਿਕ ਵਿਚਾਰਧਾਰਾ, ਜਦੋਂ ਉਹਦੇ ਗੁਲਾਮ ਬਣਦੇ ਹਾਂ ਤਾਂ ਦੂਜੇ ਲੋਕਾਂ ਨੂੰ ਕੀੜੀਆਂ ਸਮਝਣ ਲੱਗ ਜਾਂਦੇ ਹਾਂ, ਉਹਨਾਂ ਨੂੰ ਬੰਦੇ ਨਹੀਂ ਸਮਝਦੇ ਕਿ ਜਿਹੜਾ ਮੇਰੀ ਵਿਚਾਰਧਾਰਾ ਤਾਂ ਨਹੀਂ ਹੈ ਅਤੇ ਉਹ ਇਨਸਾਨ ਹੋ ਹੀ ਨਹੀਂ ਸਕਦਾ ਹੈਗਾ, ਜੇ ਉਹ ਮਰ ਵੀ ਜਾਂਦਾ ਤਾਂ ਭੁੱਲ ਜਾਂਦਾ। ਸੱਤਿਆ ਕੀ ਨਾਮ ਹੈ ਕੋਲੋਨਿਸਟ ਰੇਗ, ਉਸਦੇ ਨੋਬਲ ਪ੍ਰਾਈਜ਼ ਨਹੀਂ ਮਿਲਿਆ ਸੀ, ਅਮ੍ਰਿਤਿਆ ਸੇਨ, ਅਮ੍ਰਿਤਿਆ ਸੇਨ ਦੀ ਕਿਤਾਬ ਹੈ ਆਇਡੈਂਟੀ ਐਂਡ ਪੋਲੀਟਿਕਸ। ਉਹਦੇ ਵਿੱਚ ਉਹ ਕਹਿੰਦਾ, ਬਸ ਇਹਦੇ ਨਾਲ ਮੈਂ ਆਪਣੀ ਗੱਲ ਖਤਮ ਕਰਾਂਗਾ, ਉਹ ਕਹਿੰਦਾ ਵੀ ਜਿਹੜੀ ਤੁਹਾਡੀ ਆਇਡੈਂਟੀ ਹੁੰਦੀ ਆ ਉਹ ਇੱਕ ਨਹੀਂ ਹੁੰਦੀ ਹੈਗੀ, ਇੱਕ ਜਗ੍ਹਾ ਤੁਸੀਂ ਸਿੱਖ ਹੋ, ਇੱਕ ਜਗ੍ਹਾ ਤੁਸੀਂ ਕਮਿਊਨਿਸਟ ਹੋ, ਇੱਕ ਜਗ੍ਹਾ ਤੁਸੀਂ ਬਾਪ ਹੋ, ਇੱਕ ਜਗ੍ਹਾ ਤੁਸੀਂ ਟੀਚਰ ਹੋ, ਇੱਕ ਜਗ੍ਹਾ ਤੁਸੀਂ ਮਰਦ ਹੋ, ਇੱਕ ਜਗ੍ਹਾ ਤੁਸੀਂ ਇਨਸਾਨ ਹੋ, ਇੱਕ ਜਗ੍ਹਾ ਤੁਸੀਂ ਪੰਜਾਬੀ ਹੋ, ਇੱਕ ਜਗ੍ਹਾ ਤੁਸੀਂ ਭਾਰਤੀ ਹੋ, ਇੱਕ ਜਗ੍ਹਾ ਤੁਸੀਂ ਵਿਸ਼ਵ ਨਾਗਰਿਕ ਹੋ, ਤੁਹਾਡੀਆਂ ਇੰਨੀਆਂ ਪਛਾਣਾਂ ਨੇ, ਤੁਸੀਂ ਇੱਕ ਪਛਾਣ ਨੂੰ ਕਿਉਂ ਇੰਨਾ ਹਾਵੀ ਕਰ ਦਿੰਦੇ ਹੋ ਕਿ ਇਹ ਮੁਸਲਮਾਨ ਹੈ, ਮੈਂ ਹਿੰਦੂ ਹਾਂ, ਮੈਂ ਇਹਨੂੰ ਮਾਰਨਾ ਹੀ ਮਾਰਨਾ ਕਿਉਂਕਿ ਮੈਂ ਬਹੁ ਗਿਣਤੀ ਦੇ ਵਿੱਚ ਹਾਂ, ਤੁਹਾਡੀ ਇੱਕ ਪਛਾਣ ਇੰਨੀ ਹਾਵੀ ਕਿਉਂ ਹੋ ਜਾਂਦੀ ਹੈ? ਤੁਸੀਂ ਕਿਉਂ ਨਹੀਂ ਯਾਦ ਰੱਖਦੇ ਹੋ ਕਿ ਉਹ ਬੰਦਾ ਬਾਪ ਵੀ ਹੈ, ਕਿਉਂ ਨਹੀਂ ਯਾਦ ਰੱਖਦੇ ਕੋਈ ਹਿੰਦੁਸਤਾਨੀ ਵੀ ਹੈ, ਕਿ ਉਹ ਇਨਸਾਨ ਵੀ ਹੈ, ਕਿਉਂ ਨਹੀਂ ਯਾਦ ਰੱਖਦੇ ਹੈਗੇ? ਤਾਂ ਇੰਨਾ ਚੱਠੂ ਸੁਰਮਾ ਨੂੰ ਵਿਚਾਰਿਆ ਜਾਣਾ ਚਾਹੀਦਾ ਸੀ ਉਸ ਸਮੇਂ ਦੇ ਵਿੱਚ ਕਿ ਕਿਉਂ ਕਮਿਊਨਿਸਟ ਲਹਿਰ ਦੇ ਵਿੱਚ ਇੰਨੀਆਂ ਕਮਜ਼ੋਰੀਆਂ ਆਈਆਂ, ਕਿਉਂ ਇਹ ਆਪਣੇ ਖਾਤਮੇ ਵੱਲ ਵੱਧ ਰਹੀ ਹੈ। ਅੱਜ ਹਾਲਤ ਇਹ ਹੈ ਕਿ ਪੰਜਾਬ ਦੇ ਵਿੱਚ ਸੁਦਰਸ਼ਨ ਦੱਤ ਵਰਗੇ ਗਿਣਤੀ ਦੇ ਕਾਮਰੇਡ ਨੇ ਜਿਹੜੇ ਆਪੋ ਆਪਣੀ ਥਾਵਾਂ 'ਤੇ ਬਹਿ ਕੇ ਰਜਿਸਟੈਂਸ ਦੀ ਲੜਾਈ ਲੜ ਰਹੇ ਨੇ ਇਮਾਨਦਾਰੀ ਨਾਲ, ਅਤੇ ਇਹਨਾਂ ਦਾ ਬਹੁਤਾ ਕੇਡਰ ਆ ਜਿਹੜਾ ਖਤਮ ਹੋ ਚੁੱਕਿਆ, ਨਵੀਂ ਪੀੜ੍ਹੀ ਆਉਣ ਨੂੰ ਤਿਆਰ ਨਹੀਂ ਇਸ ਪਾਸੇ। ਅਤੇ ਵੈਸਟ ਬੰਗਾਲ ਦੇ ਵਿੱਚ ਇਹ ਹਾਲਤ ਹੈ, ਜਿੱਥੇ 35 ਸਾਲ ਰਾਜ ਕੀਤਾ ਕਮਿਊਨਿਸਟ ਪਾਰਟੀ ਨੇ, ਉੱਥੇ ਹੁਣ ਉਹ ਦੁਬਾਰਾ ਮਮਤਾ ਬੈਨਰਜੀ ਨੂੰ ਹਰਾ ਕੇ ਦੁਬਾਰਾ ਨਹੀਂ ਆ ਰਹੇ, ਉਹਦੀ ਜਗ੍ਹਾ ਬੀਜੇਪੀ ਆ ਰਹੀ ਹੈ। ਅਸੀਂ ਆਪਣੀਆਂ ਗਲਤੀਆਂ ਵੱਲ ਕਿਉਂ ਨਹੀਂ ਝਾਤੀ ਮਾਰਦੇ ਹੈਗੇ? ਸੋ ਰਾਈਟਰ ਜਦੋਂ ਕੋਈ ਲਿਖਦਾ ਕਿਸੇ ਪਾਰਟੀ ਬਾਰੇ ਜਾਂ ਕਿਸੇ ਗਰੁੱਪ ਦੀਆਂ ਕਮਜ਼ੋਰੀਆਂ ਬਾਰੇ, ਤਾਂ ਉਹਨੂੰ ਵਿਚਾਰਿਆ ਜਾਣਾ ਚਾਹੀਦਾ, ਤਾਂ ਕਿ ਆਪਣੀ ਵਿਚਾਰਧਾਰਾ ਦੇ ਗੁਲਾਮ ਹੋ ਕੇ ਉਹਨੂੰ ਨਿੰਦਣਾ ਚਾਹੀਦਾ। ਧੰਨਵਾਦ। ਬਹੁਤ ਬਹੁਤ ਧੰਨਵਾਦ ਬਲਜਿੰਦਰ ਤੁਹਾਡਾ। ਇਹ ਦਿਲਚਸਪ ਗੱਲ ਹੋ ਰਹੀ ਹੈ ਕਿ ਕੱਲ੍ਹ ਖੁਸ਼ਬੀਰ ਸਿੰਘ ਸਿੰਘ ਹੀ ਨਿਕਲਦਾ, ਇੰਨੇ ਬੰਦੇ ਬੋਲੇ ਆ ਇੱਥੇ, ਕੋਈ ਇਕੱਲੀ ਸੀ ਉਹ ਜਿਹੜੀ ਕੱਲ੍ਹ ਬੋਲੀ ਹੈ ਪਹਿਲੇ, ਅਤੇ ਖੁਸ਼ਬੀਰ ਕੌਰ ਢਿੱਲੋਂ ਹੋਣਾ ਨੇ ਕੱਲ੍ਹ ਮਿੱਤਰ ਪਿਆਰੇ ਨੂੰ ਨਾਵਲ ਦਾ ਜ਼ਿਕਰ ਕਰਦਿਆਂ ਨੈਥਨੀਅਲ ਹਾਥਰਨ ਦਾ ਸਕਾਰਲੈਟ ਲੈਟਰ ਦੇ ਨਾਲ ਉਸਦਾ ਪੂਰਾ ਇੱਕ ਐਨਾਲਿਟੀਕਲ ਐਨਾਲੋਜੀ ਸੀ ਕਲਾਸ ਮੂਵ ਕਰ ਰਹੀ ਸੀ ਇੱਕ
ਵੱਡੀ ਸੱਚਾਈ ਨੂੰ ਸਮਝਣ ਦੇ ਸੰਦ ਵਜੋਂ ਉਹ 80 ਮਿੰਟਾਂ ਚ ਆ ਕੇ ਕਿਸ ਤਰ੍ਹਾਂ ਦੇ ਨਾਲ ਜੋ ਆਪਣੀ ਊਰਜਾ ਗੁਆ ਬਹਿੰਦੀ ਹੈ ਤਾਂ ਆਈਡੈਂਟੀ ਦਾ ਜਿਹੜਾ ਇੱਕ ਕੰਮ ਸ਼ੁਰੂ ਹੁੰਦਾ ਹੈ ਉਹਦੀ ਵੀ ਪੋਲੀਟੀਕਲ ਇਕਾਨਮੀ ਦੇ ਵੱਲ ਜਾਣ ਦੀ ਲੋੜ ਹੈ। ਸਾਡੇ ਦਰਮਿਆਨ ਇੱਕ ਸੱਜਣ ਬਰਨਾਲੇ ਦੇ ਨੇੜਲੇ ਪਿੰਡ ਕੱਟੂ ਤੋਂ ਆਏ ਨੇ, ਜਗਤਾਰ ਸਿੰਘ ਕੱਟੂ ਜੀ।